चंगे जोड़े की बनतर कि बनाते हो? चंगे जोड़े की बनतर यह है जी, सब तो पहले तो थोड़ी जी कबूतर की डुम की गंढ कहें जिन्हों पंजाबी जितो डुम शुरू होंगी, जितो डुम शुरू होंगी जिस तरह एक पार हों जिमें डुम पुटी मैं अपने हिसाब से गल करदा ठीक है जी। मतलब ओनू तुम बनतर जो डुम का थोड़ा जहा कबूतर का पार अंदर आना थोड़ा जहा सराई मादी ला लो कुंडे वाली ज्यादा मतलब एक जैसा कुमानीदार कुछ सीधे कुंडे का सारा सिस्टम देखना पैंदा। कुछ ए चीज दे उत्ते जिहड़ा गोश्त हुंदा फट्टी ये बड़ा घट होना चाहिए, जिन्ना मोटा होगा उन्ना कबूतर डल हो जाता मेनू अच्छा नहीं लगता। यानी कि जितनिया बरीकियां ही तुसीं आओगे ना कबूतरबाजी दी उन्ना ही कबूतर अच्छा हुंदा जाएगा। पर किदां दा होना चाहिए कबूतर? पर दो तीन ही आ जी अच्छा कबूतर जिहड़ा रोज परफॉर्म कर रहा है, इन्नी दुनिया वा इन्ना मीडिया वा तुसी दिखांदे हो, आ दो तीन ही कुंडे आ, आ सत्त बजे बैठा जो पर अच्छा ही है ते सत्त बजे बैठा, फिर अगले दिन सत्त बजे बैठा पर अच्छा ही है ते सत्त बजे बैठा, उन्हां परां नूं फॉलो कर लो, बदल दे पर मुक्के पहले पर तो लैके आखिर तक चले जाओ। कुछ कबूतर दो बजे सामने आ जाते हैं, कुछ कबूतर पूरा दिन डुबे रहिंदे नेरे ही निकलते हैं, वो देख लो है जिहड़ा पूरा ज्यादा डुबिया रहिंदा है किहड़ा, कुछ कबूतर आ जा बहुत करदे आ उन्हां दा कुंडा देख लो, इन्हां चीज़ां नूं अपने ज़ेहन च रख लो, ये कि मतलब दूर रह गया जिहड़ा मीडिया दा दौर है। तुहानूं दस भी दिओ ना आउण जाण वाला कुंडा। मैं दस दिंदा जी, मैं रण साहब नूं सवाल कर दिंदा, असल सवाल दे विच ही ना जवाब हुंदा। मिसाल दे तौर ते की उहदा नाम है, पहले दिन जिस बंदे ने गरंटी दे विच बहना है उन्हें अपने तौर दे उत्ते कुछ नहीं कर सकदा, उन्हें मालक नूं पुछना है भाई वी फलां जगह किथे रहा टैंक ओपन किथे है ये वो फलां टमका ना, फिर ही पता चल। ਕਬੂਤਰਾਂ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਰਹਿਣ ਸਰ, ਫਸਟ ਆਫ ਆਲ ਚੈਂਪੀਅਨ ਕਬੂਤਰ ਦੇ ਵਿੱਚ ਇਹ ਨਹੀਂ ਮੁਮਕਿਨ ਹੈਗਾ ਕਿ ਕਬੂਤਰ ਸ਼ਹਿਰ ਚੈਂਪੀਅਨ ਹੋਵੇ, ਜੇਡ ਦਾ ਚੈਂਪੀਅਨ ਹੋਵੇ ਤੇ 9 ਵਜੇ ਦਾ ਉੱਠ ਕੇ ਸ਼ਾਮ ਦੇ 7 ਵਜੇ ਤੱਕ ਦੋ ਟਾਵਰ ਫਿਰਦਾ ਰਹੇ, ਹੋ ਹੀ ਨਹੀਂ ਸਕਦਾ। ਗਰਮੀ ਭੁੰਨ ਕੇ ਉਹਨੂੰ ਕਾਲਾ ਸਿਆਹ ਕਰ ਦਿੰਦੀ ਹੈ, ਉਹਦਾ ਉਹਨੂੰ ਲੂਣ ਲਾਣ ਵਾਲਾ ਰਹਿ ਜਾਂਦਾ, ਜਾਂ ਬਹਿੰਦੇ ਡਿੱਗਦੇ ਮਰ ਜਾਂਦਾ, ਥੱਲੇ ਨਹੀਂ ਫਿਰ ਸਕਦਾ ਜੇਡ ਦੇ ਵਿੱਚ ਕਬੂਤਰ ਨਿਕਲ ਕੇ। ਸਵੇਰੇ 5 ਵਜੇ ਉੱਠ ਕੇ ਅਗਲੇ ਮਤਲਬ ਉਸੇ ਦਿਨ ਰਾਤ 8 ਵਜੇ ਤੱਕ ਸਾਹਮਣੇ ਪਕੌੜਾ ਬਣ ਜਾਏਗਾ। ਚੈਂਪੀਅਨਸ਼ਿਪ ਦੇ ਵਿੱਚ ਕਬੂਤਰ ਨੇ ਉਸ ਨਿਆਣਾ ਜਿਹਨੇ ਉੱਠ ਕੇ 5-7-10-20 ਮਿੰਟਾਂ 'ਚ ਮੈਕਸੀਮਮ ਉੱਠ ਕੇ ਆਪਣੀ ਗਹਿਰਾਈ 'ਤੇ ਲੱਗ ਜਾਣਾ, ਉਹਨੇ ਉੱਡਣਾ। ਮੈਂ ਸਰ ਦੋ ਚੀਜ਼ਾਂ ਨੇ, ਕਬੂਤਰ ਦੀ ਗਹਿਰਾਈ ਦਾ ਤਲਕ ਕਿੰਨਾ ਪਰਾਂ ਦੇ ਨਾਲ ਹੈ ਇੱਕ ਗੱਲ, ਦੂਸਰੀ ਗੱਲ ਕਬੂਤਰ ਦੀ ਗਹਿਰਾਈ ਤਾਂ ਸਮਝ ਆ ਗਈ, ਦੂਸਰੀ ਗੱਲ ਕਬੂਤਰ ਦੇ ਅੰਦਰ ਪਰਵਾਜ਼ੀ ਪਰ ਜਿਹੜੇ ਆ ਉਹ ਕਿੱਥੇ ਹੁੰਦੇ ਆ? ਦੋ ਮੇਰੇ ਮੇਨ ਕੁਐਸਚਨ ਆ। ਅਗਰ ਦੋਸਤੋ ਤੁਹਾਨੂੰ ਇਹਨਾਂ ਦਾ ਜਵਾਬ ਤੁਹਾਡੀ ਸਮਝ ਆ ਗਿਆ ਤੇ ਤੁਹਾਡੀ ਕਬੂਤਰਬਾਜ਼ੀ ਇਨਸ਼ਾਅੱਲਾ ਤਾਲਾ ਸਹੀ ਰੁਖ ਤੇ ਜਾਏਗੀ। ਕੁਐਸਚਨ ਦੁਬਾਰਾ ਰਿਵਾਈਜ਼ ਕਰ ਦਿੰਦਾ ਕਿ ਕਬੂਤਰ ਦੀ ਗਹਿਰਾਈ ਦਾ ਤਲਕ ਕਿੱਥੇ ਆ, ਕਿੰਨਾ ਪਰਾਂ ਦੇ ਨਾਲ ਹੈ ਉਹ, ਔਰ ਉਹਨਾਂ ਦੀ ਸ਼ੇਪ ਕੀ ਹੋਣੀ ਚਾਹੀਦੀ, ਉਹਨਾਂ ਦਾ ਸਟਾਈਲ ਕੀ ਹੋਣਾ ਚਾਹੀਦਾ, ਉਹਨਾਂ ਦਾ ਕੀ ਰੂਪ ਹੋਣਾ ਚਾਹੀਦਾ। ਦੂਸਰੀ ਗੱਲ ਕਬੂਤਰ ਦੇ ਅੰਦਰ ਅਗਰ ਕਬੂਤਰ ਦਾ ਕੁੰਡਾ ਖੋਲੋ ਪਤਾ ਲੱਗੇ ਜੇ 8-10 ਘੰਟੇ ਪਰਵਾਜ਼ ਹੈਗੀ, ਉਹ ਪਰਵਾਜ਼ ਕਿੱਥੇ ਹੁੰਦੀ ਹੈ, ਪਰਵਾਜ਼ ਦਾ ਤਲਕ ਕਿੰਨਾ ਪਰਾਂ ਨਾਲ ਹੈ? ਠੀਕ ਹੈ ਜੀ, ਨਾ ਸਮਝ ਆ ਗਈ ਗਹਿਰਾਈ ਤੋਂ ਦੱਸ ਕੇ ਫਿਰ ਤੁਸੀਂ ਦੂਸਰੀ ਗੱਲ ਤੇ। ਦੇਖੋ ਜੀ ਜਿਹੜਾ ਮੇਰਾ ਜ਼ਾਵੀਆ ਮੈਂ ਉਹ ਗੱਲ ਕਰ ਰਿਹਾ, ਇਹ ਹਰਫੇ ਆਖਰ ਨਹੀਂ, ਬਹੁਤ ਸੇ ਬੰਦੇ ਦੇ ਬਹੁਤ ਸੇ ਮਤਲਬ ਕਿਸੇ ਨੇ ਕੋਈ ਗੱਲ ਫੜੀ ਕਿਸੇ ਨੇ ਕੋਈ, ਸਭ ਤੋਂ ਪਹਿਲੇ ਤੇ ਬਹੁਤ ਸੇ ਚੈਂਪੀਅਨ ਕਬੂਤਰ ਐਸੇ ਹੋਣਗੇ 95%, ਚਲੋ 85-95 ਤੱਕ, ਕਿ ਜਿਹੜਾ ਪਹਿਲਾ ਪਰ ਹੋਏਗਾ ਨਾ ਬਗਲ ਦਾ ਜਦੋਂ ਪਟਾਈ ਕਰੋਗੇ ਉਹ ਖਰਾਬ ਨਿਕਲੇਗਾ, ਇਹਨੂੰ ਕਹਿੰਦੇ ਲਸੰਸ, ਉਸ ਕਬੂਤਰ ਕੋਲ ਲਸੰਸ ਹੋਏਗਾ ਚੈਂਪੀਅਨਸ਼ਿਪ ਜਿੱਤਣ ਦਾ, ਅਕਸਰ ਕਬੂਤਰਾਂ 'ਚ ਹੋਏਗਾ ਪਰ ਖੋਲ੍ਹ ਕੇ ਦੇਖ ਲੈਣਾ। ਦੂਜੀ ਗੱਲ ਡੋਬ ਦੀ, ਜਿੱਥੇ ਮੈਂ ਡੋਬ ਦੇਖਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਇਹਨਾਂ ਤਿੰਨ ਉਂਗਲੀਆਂ ਦਾ, 7, 8, 9, 10 ਜਿਹੜੀ 9ਵੀਂ ਕੰਨੀ ਲੰਬੀ ਹੈ ਨਾ ਜਿੰਨੀ ਕਬੂਤਰ ਉਤਨੀ ਗਹਿਰਾਈ ਕਰੇਗਾ। ਔਰ ਕੁਛ ਬੰਦਿਆਂ ਨਾਲ ਮੇਰਾ ਆਪਣਾ ਜ਼ਾਤੀ ਰਾਏ ਵੀ ਹੈ ਕਿ ਕੁਛ ਦਾ ਡੋਬ ਜਿਸਮ ਦੇ ਨਾਲ ਵੀ ਤੱਲਕ, ਸਹੀ ਗੱਲ ਸਮਝ ਗਏ ਹੋ ਨਾ ਮੇਰੀ ਗੱਲ, ਡੋਬ ਦਾ ਤੱਲਕ ਪਰਾਂ ਤੱਕ ਰਹਿਣਾ ਸੀ, ਪਰਾਂ ਤੱਕ, ਪਰ ਮੈਂ ਤੁਹਾਨੂੰ ਦੱਸਤਾ 9ਵੀਂ ਲੰਮੀ, 9ਵੀਂ ਲੰਮੀ ਠੀਕ ਹੈ, ਤੇ ਤੁਹਾਡੇ ਲਾਲ ਬੁੱਲੀਆਂ ਦੀ 10ਵੀਂ ਕਿਉਂ ਲੰਮੀ ਹੈ? ਇਹ ਜ਼ਰਾ ਮੈਂ ਆ ਕੇ ਫਰਾਉਣਾ, ਆ ਕੇ ਫਿਰਨ ਲਾ ਤੋਂ ਦੀ ਤੋਂ ਦੀ ਨਹੀਂ ਸਮਝਿਆ ਆਪਣੀ ਆਪਣੀ ਪਸੰਦ, ਲੇਕਿਨ ਜਿਹੜੀ ਮੈਂ ਗੱਲ ਕਰ ਰਿਹਾ ਉਹ ਇਹ ਹੀ ਆ 8ਵੀਂ 9ਵੀਂ ਤੇ 10ਵੀਂ ਥੱਲੇ। ਅੱਛਾ ਵਿਚਲੇ ਪਰਾਂ ਦੀ ਗੱਲ ਕਰ ਲਓ, ਸਾਰੀ ਦੁਨੀਆ ਨੂੰ ਪਤਾ ਬਗਲ ਦਾ ਪਹਿਲਾ ਪਰ ਜਿੰਨਾ, ਬਗਲ ਤੋਂ ਪਹਿਲਾ ਕੁੰਡੇ ਵਾਲਾ ਪਰ ਜਿੰਨਾ ਲੰਮਾ ਹੋਵੇ ਉਨਾ ਹੀ ਆਲਾ ਕਬੂਤਰ ਹੁੰਦਾ ਠੀਕ ਹੈ ਜੀ।
मुड़ के कंड दे उत्ते जिस्म दे उत्ते बगल दा चढ़ा आप नहीं करना चढ़ा कबूतर ना छड़े कबूतर थकेगा नहीं उच्च गैप आएगा उच्च हवा निकलेगी वही पैराशूटा बाहरले पारते मारदा ही है ना कबूतर। तीसरी गल जिहड़े विचले पर पहला दूजा कलियां जिथों बच्चे शुरू होंदे इन्हां दी भी लेंथ दा तल्लक कबूतरबाजी नाल बहुत है। इन्हां दी लंबाई परसों सवाल कीता रण साहब नूं इत्थे बैठे मैं जैन नूं इह जवाब दित्ता कि लोक बाहर लेंथ लभदी मैं अंदर लेंथ रख के बैठा अपनी राय आ अंदरले परां दी लेंथ इतनी होनी चाहीदी कि साडा सतवां ते लोकां दा दसवां ये भी ब्रीडिंग दे विच बहुत जबरदस्त चीज आ जिहड़ी मैं फॉलो कीती अपने मुशाहदे तों दोस्त कर लैण इनू नैगेटिव च लै लो इनू पॉजिटिव च लै लो कोई गल नहीं वो अपना अपना जेन आ लेकिन मेरे हिसाब नाल अंदरले परां दी लेंथ और बाहरली नौवीं लंबी बाहरली नौवीं लंबी ਇਹ ਕਬੂਤਰਬਾਜ਼ੀ ਦੇ ਵਿੱਚ ਟੋਪਣਾ ਇਹਦਾ ਬਹੁਤ ਤੱਲਾ ਗਾ ਜਿਹਦੀ ਨੌਵੀਂ ਲੰਮੀ ਹੋਏਗੀ ਜਿੰਨੀਆਂ ਮਰਜ਼ੀ ਦੂਰਬੀਨਾਂ ਮਾਰ ਲਓ ਕਬੂਤਰ ਲੱਭੇਗਾ ਨਹੀਂ ਪੂਰਾ ਦਿਨ ਵੜ ਕੇ ਠੀਕ ਹੋ ਅੱਛਾ ਨੌਵੀਂ ਲੰਮੀ ਨਾਲ ਹੋਰ ਵੀ ਕਿਸੇ ਚੀਜ਼ ਨਾਲ ਕਨੈਕਸ਼ਨ ਹੈਗਾ ਥੱਲੇ ਕਰ ਲਿਆ ਜਾਣ ਨੌਵੀਂ ਲੰਮੀ ਦਾ ਕਨੈਕਸ਼ਨ ਹੋਰ ਵੀ ਹੈ ਕਿਸੇ ਨਾਲ ਨੌਵੀਂ ਲੰਮੀ ਦਾ ਪ੍ਰਵਾਜੀ ਕਬੂਤਰਾਂ 'ਚ ਹੁੰਦਾ ਅੱਛੇ ਕੁੰਡੇ 'ਚ ਵਾਪਸੀ ਦੇ ਵਿੱਚ ਇਹਦਾ ਕੋਈ ਕਿਰਦਾਰ ਵਾਪਸੀ ਇਹ ਕਿ ਦਸਵਾਂ ਪਰ ਉਹਦੇ ਥੱਲੇ ਇੰਜ ਵੜਿਆ ਹੋਇਆ ਇੰਜ ਲੱਗੇ ਦਸਵਾਂ ਹੈਗਾ ਹੀ ਜਿਹੜੀ ਦਸਵੀਂ ਕਰਨੀ ਇੰਜ ਉਹਦੇ ਥੱਲੇ ਵੜੀ ਹੋਵੇ ਤੁਸੀਂ ਇੰਜ ਖੋਲੋ ਤੇ ਇੰਜ ਲੱਗੇ ਕਿ ਦਸਵੀਂ ਪੁੱਟੀ ਆ ਇਹ ਵੀ ਬਹੁਤ ਅੱਛੇ ਕਬੂਤਰ ਦੀ ਨਿਸ਼ਾਨੀ ਆ ਔਰ ਬਾਹਰਲੇ ਪੰਜਾਂ ਪਰਾਂ ਦੀ ਤੁਸੀਂ ਕੁੰਡਾ ਖੋਲ ਰਹੇ ਹੋ ਨਾ ਜਿਸ ਤਰ੍ਹਾਂ ਖਲਾਰ ਕੇ ਨਹੀਂ ਜਿਸ ਤਰ੍ਹਾਂ ਕੁੰਡਾ ਖੋਲਦੇ ਹੋ ਇੰਜ ਫੜ ਕੇ ਕਬੂਤਰ ਇੱਥੇ ਹੀ ਲੱਗੀ ਹੋਵੇ ਬਾਹਰਲੇ ਪਰਾਂ ਦੀ ਇਹਦਾ ਵਾਪਸੀ ਨਾਲ ਬਹੁਤ ਤੱਲਕ ਆ ਔਰ ਬੜੇ ਅਕਲਮੰਦ ਕਬੂਤਰ ਹੁੰਦੇ ਘਰਾਂ ਦੀ ਸ਼ਰ੍ਹਾ ਉਹਨਾਂ ਦੀ ਜ਼ਿਆਦਾ ਹੁੰਦੀ ਜਿੱਥੋਂ ਨਿਕਲ ਜਿੱਥੋਂ ਡੁੱਬੇ ਉੱਥੇ ਹੀ ਨਿਕਲਣਾ ਉੱਥੇ ਨਿਕਲਣਾ ਦੂਸਰੀ ਗੱਲ ਜਿਨ੍ਹਾਂ ਦੀ ਦਸਵੀਂ ਲੰਮੀ ਹੁੰਦੀ ਹੈ ਨਾ ਉਹਨਾਂ ਦਾ ਉਠਾ ਵੀ ਆਮ ਕਬੂਤਰਾਂ ਤੋਂ ਜ਼ਿਆਦਾ ਹੁੰਦਾ ਔਰ ਉਹਨਾਂ ਦਾ ਜਿਵੇਂ ਤੁਸੀਂ ਆਪਣੇ ਇੰਟਰਵਿਊ ਵਿੱਚ ਹਿਟਲਰ ਕਹਿ ਰਹੇ ਸੋ ਹਿਟਲਰ ਮੈਂ ਆ ਕੇ ਚੱਲਣੇ ਬਹੁਤ ਆ ਜਿਹੜੀ ਕਿ ਸਾਨੂੰ ਜ਼ਰੂਰਤ ਆ ਕਿ ਤਿੰਨ ਚਾਰ ਵਜੇ ਬਰੀਕ ਸ਼ੋ ਹੋ ਗਿਆ ਫਿਰ ਰਹੇ ਹਨੇਰੇ ਨੇ ਲੱਗੇ ਆ ਜਿਹੜੀ ਰਾਣਾ ਸਾਹਿਬ ਨੇ ਦੇਖੋ ਜੀ ਮੈਂ ਦੋਸਤਾਂ ਨੂੰ ਦੱਸ ਦੇਣਾ ਐਵਰੇਜ ਪਰਾਂ ਦੀ ਤੁਹਾਨੂੰ ਨਿਸ਼ਾਨੀ ਦੱਸ ਦਿੱਤੀ ਬਾਕੀ ਜਿੱਥੇ ਸਿਰ ਲਾਉਣ ਦਾ ਪ੍ਰੋਗਰਾਮ ਹੁੰਦਾ ਨਾ ਉੱਥੇ ਦਸਵੀਂ ਦੋ ਤਿੰਨ ਸੂਤਰ ਵੱਡੀ ਹੈ ਉੱਤੋਂ ਦੀ ਉਹਨੂੰ ਅਸੀਂ ਕਹਿੰਦੇ ਹਾਂ ਇਹਨਾਂ ਦੇ ਜਿਨ੍ਹਾਂ ਦੀ ਦਸਵੀਂ ਲੰਮੀ ਹੈ ਕਬੂਤਰ ਆ ਬੱਚਿਆਂ ਦਾ ਕੱਪ ਉੜਿਆ ਸੀ ਪਿਛਲੇ ਦੋ ਸਰ ਮਨਸੂਰ ਜਿੱਥੇ ਸੁਮਨਾਬਾਦ ਕੱਪ ਉੜਿਆ ਸੀ ਹਾਂਜੀ ਪਹਿਲਾਂ ਕਿੰਨੇ ਛੇ ਕਿੰਨੇ ਛੇ ਬਤਾਲੀ ਪਹਿਲਾ ਬੱਚਾ ਛੇ ਬਤਾਲੀ ਆਖਰੀ ਸੱਤ ਪੱਚੀ ਰਾਤ ਨੂੰ ਦੋ ਦਫਾ ਆਇਆ ਤੇ 90% ਲਾਲ ਬੁਲੀਆਂ ਵਾਲਾ ਪਰ ਸੀ ਲਾਲ ਬੁਲੀਆਂ ਵਾਲਾ ਮੈਂ ਤੁਹਾਨੂੰ 40 ਕਬੂਤਰ ਦਿਖਾ ਦਿੰਦਾ 40 ਚ 35 ਕਬੂਤਰਾਂ ਦੀ ਦਸਵੀਂ ਥੋੜੀ ਲੰਬੀ ਹੈ ਲੇਕਿਨ ਅੰਦਰ ਦੇ ਪਰਾਂ ਦੇ ਬਾਦਸ਼ਾਹ ਨੇ ਬਾਹਰ ਦੇ ਪਰਾਂ ਦੇ ਬਾਦਸ਼ਾਹ ਨੇ ਲੈਂਥੀ ਹੈ ਨਾ ਕੁੰਡਾ ਕੁੰਡਾ ਲੈਂਥੀ ਚੰਗਾ ਹੁੰਦਾ ਜਿਤਨਾ ਛੋਟਾ ਕੁੰਡਾ ਹੋਏਗਾ ਐਵਰੇਜ ਆ ਐਵਰੇਜ ਅੱਛੀ ਬਣਾਉਣਗੇ ਦੋ ਢਾਈ ਵਜੇ ਨਿਕਲੇ 3 ਵਜੇ ਨਿਕਲੇ ਢੇਰ ਲਾਇਆ ਤੁਹਾਡੀ ਮੋਤੀ ਨਾਲ ਵੀ ਤਲ ਲੱਗਾ ਤੁਹਾਡੇ ਹੱਥ ਨਾਲ ਵੀ ਤਲ ਲੱਗਾ ਸਮਝ ਰਹੇ ਹੋ ਨਾ ਹੁਣ ਕਰਾਚੀ ਚ ਕਬੂਤਰਬਾਜ਼ੀ ਹੋ ਰਹੀ ਹੈ ਉਹ ਸ਼ੌਕ ਅਸੀਂ ਰਾਤੀ ਦੇਖੀ ਦਾ ਜੀ ਆ 5 ਫਿਰ ਰਹੇ ਰਾਤ ਦੇ 3 ਵੱਜ ਗਏ ਜੀ ਇਹ 25 ਘੰਟੇ ਉੜਿਆ ਜੀ ਆ 26 ਘੰਟੇ ਉੜਿਆ ਜੀ ਆ 24 ਘੰਟੇ ਉੜਿਆ ਆਖਰ ਅੱਲਾਹ ਤਾਲਾ ਨੇ ਕੁਦਰਤ ਬਣਾਈ ਤੁਸੀਂ ਸ਼ਾਮ ਨੂੰ ਨਿਕਲਦੇ ਹੋ ਮਗਰਬ ਦੀ ਅਜ਼ਾਨ ਹੁੰਦੀ ਜਿਹਨੂੰ ਅਸੀਂ ਦੋ ਵੇਲਿਆਂ ਦਾ ਇੱਕ ਵੇਲਾ ਕਹਿੰਦੇ ਉਸ ਵਿੱਚ ਤਮਾਮ ਚਰਿੰਦ ਪਰਿੰਦ ਚੀਲਾ ਆਪਣੇ ਘਰਾਂ ਜਾ ਰਹੀਆਂ ਹੁੰਦੀਆਂ ਮਗਰਬ ਵੇਲੇ ਕਬੂਤਰ ਜਿਹੜਾ ਕੁਦਰਤੀ ਬੈਠਦਾ ਨਾ ਉਹ ਮਗਰਬ ਵੇਲੇ ਹਨੇਰਾ ਜਦੋਂ ਸੂਰਜ ਗਰੂਬ ਹੁੰਦਾ ਤੇ ਕਬੂਤਰ ਬਹਿਣਾ ਸ਼ੁਰੂ ਘਰ ਵਾਲੇ ਪਾਸੇ ਟੁਰ ਜਿਹੜੇ ਕਬੂਤਰਾਂ ਨੂੰ ਪ੍ਰੈਕਟਿਸ ਦਿੱਤੀ ਹੁੰਦੀ ਜਿਹੜੇ ਕਬੂਤਰਾਂ ਨੂੰ ਤੁਸੀਂ ਸਿਖਾਇਆ ਹੁੰਦਾ ਕਿ ਐਸ ਹਨੇਰੇ ਚ ਵੀ ਘਰ ਆਣਾ ਉਹ ਤੁਹਾਡੀ ਪ੍ਰੈਕਟਿਸ ਨਾਲ ਤੱਲਕ ਇਹਦੀ ਕਿ ਕਬੂਤਰਬਾਜ਼ੀ ਬਹੁਤ ਜ਼ਿਆਦਾ ਪ੍ਰੈਕਟਿਸ ਦੇ ਨਾਲ ਤੱਲਕ ਸਰ ਜੀ ਤੁਹਾਡੇ ਪ੍ਰੈਕਟੀਕਲ ਤੁਹਾਡੀ ਪ੍ਰੈਕਟਿਸ ਔਰ ਕਬੂਤਰਾਂ ਦੀ ਟ੍ਰੇਨਿੰਗ ਇਹ ਬੜੀ ਜ਼ਬਰਦਸਤ ਚੀਜ਼ ਆ ਦੂਜੀ ਹੈ ਕਿ ਬਹੁਤ ਬਹੁਤ ਅੱਛੇ ਉਸਤਾਦ ਆ ਮੇਰਾ ਖਿਆਲ ਆ ਕਿ 95% ਹੀ ਉਸਤਾਦ ਪੂਰੇ ਪੰਜਾਬ 'ਚ ਬਲਕਿ ਪਾਕਿਸਤਾਨ 'ਚ ਵਰਲਡ ਲੈਵਲ ਦੇ ਆ ਕੋਈ ਇੱਕ ਉਸਤਾਦ ਵਰਲਡ ਲੈਵਲ ਦਾ ਨਹੀਂ ਆ ਕਈਆਂ ਨੂੰ ਵਰਲਡ ਲੈਵਲ 'ਤੇ ਪਰਫਾਰਮ ਕਰਨ ਦਾ ਮੌਕਾ ਮਿਲ ਗਿਆ ਅਤੇ ਕਈਆਂ ਨੂੰ ਮੌਕਾ ਨਹੀਂ ਮਿਲਿਆ ਉਸਤਾਦ ਬੜੇ ਹੀ ਆ ਬਹੁਤ ਸੇ ਬੰਦਿਆਂ ਨੂੰ ਮਿਲਿਆ ਔਰ ਬੜਾ ਕੁਛ ਇਹਨਾਂ ਕੋਲ ਸਿੱਖਿਆ ਬੜੀਆਂ ਗੱਲਾਂ ਐਸੀਆਂ ਉਹ ਕਰਦੇ ਕਿ ਜਿਹੜੀਆਂ ਸਾਡੇ ਮੁਸ਼ਾਹਦੇ ਜੀ ਨੂੰ ਬੰਦਾ ਕਹਿੰਦਾ ਯਾਰ ਕਿਆ ਗੱਲ ਕੀਤੀ ਉਸਤਾਦ ਨੇ ਅਤੇ ਮੈਂ ਸਾਰੀ ਜ਼ਿੰਦਗੀ ਪੋਜ਼ਿਟਿਵ ਹੀ ਰਿਹਾ ਜ਼ਿਹਨੀ ਤੌਰ 'ਤੇ ਔਰ ਮੈਂ ਮੁਖਾਲਫਾਂ ਨੂੰ ਵੀ ਐਪਰੀਸ਼ੀਏਟ ਹੀ ਕਰਦਾ ਜਿਹੜਾ ਅੱਛਾ ਕਬੂਤਰ ਉੜੇ ਨਾ ਕਿ ਮੈਂ ਇਹ ਗੱਲ ਕਹਿੰਦਾ ਕਿ ਇਹ 7 ਵਜੇ ਆਏ ਕਿੱਥੋਂ ਆਇਆ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਜਦੋਂ ਮੁਨਸਿਬ ਭੇਜ ਦਿੱਤਾ ਅਤੇ ਫਿਰ ਆਪਣੇ ਮੁਨਸਿਬ 'ਤੇ
ਇਤਬਾਰ ਕਰੋ ਔਰ ਪਹਿਲੇ ਹੀ ਪੜ੍ਹਿਆ ਲਿਖਿਆ ਮਨਸਬ ਭੇਜੋ। ਪੜ੍ਹੇ ਲਿਖੇ ਤੋਂ ਮੁਰਾਦ ਉਹਨੂੰ ਨੌ ਹੋ, ਕਬੂਤਰ ਫੜ ਕੇ ਮੋਰ ਦੇਖ ਕੇ ਮੋਰ ਲਾਉਣ ਦੀ ਸਭ ਕੁਛ ਆਉਂਦਾ ਹੋਵੇ। ਠੀਕ ਹੋ ਗਿਆ ਮਾਸ਼ਾਅੱਲਾ ਜੀ। ਅੱਛਾ ਉਸਤਾਦ ਜੀ, ਹੁਣ ਸਾਨੂੰ ਨਾ ਕੋਈ ਥੋੜ੍ਹਾ ਜਿਹਾ ਬਿਮਾਰੀਆਂ ਦੇ ਹਵਾਲੇ ਨਾਲ ਕੋਈ ਦੱਸ ਦਿਓ। ਅੱਜ ਕੱਲ੍ਹ ਰੇਸ਼ਾ ਬੜਾ ਹੈ, ਕਬੂਤਰਾਂ ਦੀਆਂ ਅੱਖਾਂ ਬੜੀਆਂ ਖਰਾਬ ਨੇ, ਇਸ ਤਰ੍ਹਾਂ ਦੇ ਮਸਾਇਲ, ਪੁੱਟੇ ਬੰਦ ਹੁੰਦੇ ਨੇ, ਦੋਸਤ ਲਾਜ਼ਮੀ ਸਪੈਸ਼ਲ ਕਹਿੰਦੇ ਨੇ ਮੈਨੂੰ ਕਿ ਥੋੜ੍ਹਾ ਜਿਹਾ ਉਸਤਾਦਾਂ ਕੋਲ ਪੁੱਛ ਦਿਆ ਕਰੋ, ਕੁਛ ਸਾਨੂੰ ਕੋਈ ਦਵਾਈ ਇੰਜ ਦੀ ਦੱਸ ਦਿਓ ਜਿਹੜਾ ਇਹਦੇ ਨਾਲ ਫਾਕਾ ਹੋਏ ਲੋਕਾਂ ਦੇ ਕਬੂਤਰਾਂ। ਸਰ ਗੱਲ ਇਹ ਹੈ ਕਿ ਅੱਗੇ ਹੁੰਦਾ ਸੀ ਇਕੱਲੀਆਂ ਅੱਖਾਂ ਖਰਾਬ ਹੋਣੀਆਂ, ਕੋਈ ਵਾਇਰਲ ਡਿਜ਼ੀਜ਼ ਨਹੀਂ ਸੀ, ਇਹ ਵਾਇਰਸ ਨਹੀਂ ਸੀ। ਲੇਕਿਨ ਹੁਣ ਇਸ ਤਰ੍ਹਾਂ ਦਾ ਇੱਕ ਦੌਰ ਆ ਗਿਆ ਕਿ ਜਿਹੜਾ ਪੋਰਟ ਰੁਕ ਰਿਹਾ, ਅੱਗੇ ਕਬੂਤਰ ਵੈਸੇ ਹੀ ਕਿਤੇ ਦਾਣਾ ਉਹ ਸਪਰੇ ਉਹਦੇ ਵਾਲਾ ਸਪਰੇ ਵਾਲਾ ਖਾ ਲਿਆ ਤੇ ਪੋਰਟ ਰੋਕ ਲਿਆ। ਹੁਣ ਤੇ ਪਹਿਲੇ ਪੋਟੇ ਰੁਕਦੇ, ਉਹਦਾ ਮਤਲਬ ਹੁੰਦਾ ਝੋਲਾ ਆਉਣ ਵਾਲਾ, ਅੱਖਾਂ ਖਰਾਬ ਹੋ ਗਈਆਂ ਉਹਦਾ ਮਤਲਬ ਰਾਣੀ ਖੇਤ ਆ ਗਈ, ਸਮਝ ਗਏ? ਇਹ ਦੋ ਤਰ੍ਹਾਂ ਦੀ ਗੱਲ ਆ। ਹੁਣ ਕੱਲਾ ਵਿਬਰਾ ਮਾਈਸੀ ਨੇ ਘਰਾਂ ਕੈਪਸੂਲ ਆ, ਕੱਲਾ ਮੈਂ ਬਹੁਤੇ ਕੈਪਸੂਲ ਨਹੀਂ ਜਾਣਦਾ ਬਚਪਨ ਤੋਂ, ਮਤਲਬ ਮੈਂ ਜਦ ਸਕੂਲ ਗੋਇੰਗ ਥਾ, ਯਕੀਨ ਕਰੋ ਘੋੜੇ ਘੋੜੇ ਜਿੱਤੇ ਬੱਚੇ ਪਾਲਦੇ। ਆ ਸਰਦੀਆਂ ਦੂਜੇ ਤੀਜੇ ਦਿਨ ਦੋ ਕੈਪਸੂਲ ਖੋਲਣੇ, ਸਵੇਰੇ ਕੋਸਾ ਪਾਣੀ ਪਾਉਣਾ ਤੇ ਪਿਆ ਦੇਣਾ, ਯਕੀਨ ਕਰੋ ਕਦੀ ਬਿਮਾਰ ਹੀ ਨਹੀਂ ਸੀ ਹੋਇਆ। ਔਰ ਹੁਣ ਵੀ ਉਹਦੀ ਅਫਾਦੀਅਤ ਬੜੀ, ਮੈਂ ਬਲਕਿ ਅੱਜ ਵੀ ਜੋੜਿਆ ਨਿਆਂ ਨੂੰ ਉਹ ਪਾਇਆ। ਇੱਕ ਦਵਾਈ ਅਸੀਂ ਪਾਉਂਦੇ ਹਾਂ ਥੋੜੀ ਕੋਸਟਲੀ ਆ, ਉਹ ਕੀ ਨਾਮ ਉਹਦਾ ਚਾਹੀਦੀ ਆ, ਨੋਵਾਕੋਕ ਨਹੀਂ ਲੈ ਸਕਦਾ ਉਹ ਆ ਹਰੇ ਕੈਪਸੂਲ ਪਾਈ ਜਾਵੇ ਦੂਜੇ ਤੀਜੇ ਦਿਨ, ਤੇ ਸ਼ਾਮ ਨੂੰ ਜਿਹੜਾ ਦਾਣਾ ਬਾਹਰ ਪਿਆ ਰਹਿੰਦਾ ਔਸ ਦੇ ਵਿੱਚ, ਇਹ ਸਵੇਰੇ ਉੱਠ ਕੇ ਕਬੂਤਰ ਨਾ ਚੁਗਣ, ਤੇ ਪਾਣੀ ਉਦੋਂ ਰੱਖਣਾ ਪਾਣੀ ਪਿਆਇਆ, ਸ਼ਾਮ ਨੂੰ ਪਾਣੀ ਬਾਹਰ ਕਰਤਾ, ਸਵੇਰੇ ਫਿਰ ਤਾਜ਼ਾ ਰੱਖਿਆ ਤੇ ਕਰ ਦਿੱਤਾ। ਇਹ ਸਰਦੀਆਂ ਦੀ ਥੋੜੀ ਜਿਹੀ ਇੱਕ ਮਿਹਨਤ ਆ ਜਿਹੜੀ ਤੁਸੀਂ ਕਰ ਲਓ, ਉਮੀਦ ਆ ਕਿ 85% ਤੁਹਾਡੇ ਕਬੂਤਰ ਬਚ ਜਾਣਗੇ।